ਪੁੱਤ ਭਾਵਾਂ ਪਾਕਿਸਤਾਨ ਵਾਲੀ ਫੌਜ ਦਾ ਮਰ ਜਾਏ ਤੇ ਭਾਵਾਂ ਇੰਡੀਆ ਵਾਲੀ ਫੌਜ ਦਾ ਮਰ ਜਾਏ, ਦੁੱਖ ਮਾਵਾਂ ਨੂੰ ਤੇ ਪਿਓ ਨੂੰ ਓਨਾ ਹੀ ਹੁੰਦਾ ਵਾ। ਉਹਨੇ ਇਹੋ ਗੱਲ ਆਖੀ, ਡੈਡੀ ਜਦੋਂ ਮੇਰੀ ਆ ਗਈ ਮੇਰੀ ਘਰ ਵੀ ਆ ਜਿਹੜੀ ਉਦੋਂ ਤੂੰ ਨਹੀਂ ਰੋਕ ਸਕਦਾ, ਮੈਨੂੰ ਮੌਤ ਤੋਂ ਨਹੀਂ ਡਰ ਲੱਗਦਾ, ਮੈਂ ਦੇਸ਼ ਵਾਸਤੇ ਰਿਹਾ ਵਾ, ਦੇਸ਼ ਵਾਸਤੇ ਰਹਿਣਾ ਵਾ। ਕਹਿੰਦਾ ਅਸੀਂ ਆਰਮੀ ਦੇ ਅਫਸਰ ਬੋਲਦੇ ਹਾਂ, ਫਾਇਰਿੰਗ ਪਹਿਲਾਂ ਨਹੀਂ ਚੱਲਣ ਡਈ ਸੀ ਪਰ 5:30 ਵਜੇ ਇਹਨਾਂ ਨੂੰ ਗੋਲੀ ਲੱਗੀ ਆ, ਦੋ ਜਵਾਨਾਂ ਨੂੰ, ਦੋਵੇਂ ਜਵਾਨ ਮੌਕੇ 'ਤੇ ਸ਼ਹੀਦ ਹੋ ਗਏ ਆ। ਇਹ ਖਬਰ ਮੈਨੂੰ ਦਿੱਤੀ ਆਰਮੀ ਵਾਲਿਆਂ ਦੀ। ਮਨ ਵਿੱਚ ਚਾਰ ਬੱਚੇ ਆ ਜੀ, ਇਹ ਸਾਰਿਆਂ ਦਾ ਛੋਟਾ ਸੀ ਸਾਡਾ ਇਹ ਪੁੱਤ ਮੇਰਾ, ਮੈਂ ਰੀਝ ਨਾਲ ਪਾਲਿਆ ਸੀ ਇਹਦਾ, ਸ਼ੁਰੂ ਤੋਂ ਹੀ ਇਹਦਾ ਆਰਮੀ 'ਚ ਜਾਣ ਦਾ ਮਨ ਸੀ। ਜਦੋਂ ਨਿੱਕਾ ਹੁੰਦਾ ਸੀ ਉਦੋਂ ਤਾਂ ਕਹਿੰਦਾ ਸੀ ਮੈਂ ਡੈਡੀ ਆਰਮੀ 'ਚ ਜੁਆਇਨ ਕਰਨੀ ਆ। ਹਾਲਾਤ ਬਹੁਤ ਮਾੜੇ ਹਾਲਾਤ ਆ ਜੀ, ਉਹਨੇ ਗੁੱਡੀ ਦਾ ਵਿਆਹ ਸੀ ਅੱਜ ਤੋਂ 4-5 ਮਹੀਨੇ ਪਹਿਲਾਂ, ਉੱਦਾਂ ਨੂੰ ਛੁੱਟੀ 2 ਦਿਨ ਪਹਿਲਾਂ ਮਿਲੀ, ਫਿਰ ਉੱਥੋਂ ਕਰਜ਼ਾ ਲਿਖ ਕੇ ਆਇਆ, ਫਿਰ ਆਪਣੀ ਭੈਣ ਦਾ ਵਿਆਹ ਕਰਕੇ 14 ਦਿਨ ਦੀ ਛੁੱਟੀ ਆਇਆ ਸੀ, 2-3 ਦਿਨ ਦੀ ਛੁੱਟੀ ਬਜਾਈ 17 ਕੁ ਦਿਨ ਕੱਟ ਕੇ ਮੇਰੇ ਕੋਲ ਫਿਰ ਵਾਪਸ ਗਿਆ ਸੀ। ਹੁਣ ਭਰਾ ਨੀ ਮੇਰੀ ਸਹੇਲੀ ਮੇਰੀ ਚੁੱਕ ਚੁੱਕ ਕੇ ਰੱਖਦੀ ਹੁੰਦੀ, ਮੈਨੂੰ ਗੋਦੀ 'ਚ ਪਾ ਕੇ ਰੱਖਦਾ, ਕਦੀ ਮੇਰੇ ਕੰਨ 'ਤੇ ਦੰਦੀ ਵੱਢਣੀ, ਮੇਰੇ ਕੰਨ 'ਚ ਬੂਕਾਂ ਮਾਰਨੀਆਂ। ਉਹਦੇ ਨਾਂ 'ਤੇ ਕੋਈ ਯਾਦਗਾਰ ਚੀਜ਼ ਬਣਾਈ ਜਾਵੇ ਜਾਂ ਸਕੂਲ ਨੂੰ ਵੱਡਾ ਕੀਤਾ ਜਾਵੇ ਜਾਂ ਸਟੇਡੀਅਮ ਬਣਾਇਆ ਜਾਵੇ, ਸਾਰੇ ਦਿਲ ਵਿੱਚ ਵਸੇ, ਸਾਰੇ ਇਹਨੂੰ ਯਾਦ ਕਰਨ, ਜਦੋਂ ਕਿਤੇ ਮੈਂ ਮਰ ਗਿਆ ਮੇਰੇ ਬਾਅਦ ਵੀ ਲੋਕ ਇਹਨੂੰ ਯਾਦ ਕਰਨ।